नमस्कार, खबरादेश बुलेटिन च स्वागत। मैं रजनी पहला पेश नी चौनविया खबरा। केंद्र सरकार ने मॉडर्ना कोविड वैक्सीन देश दे सीमित तो वर्तु दे लेई तिथि परवान की। विदेश मंत्री डॉ एस जयशंकर ने कहती कोविड चुनौती दा जवाब अंतरराष्ट्रीय सहयोग है। आतंक नियतवादी गतिविधियां विच ड्रोन दा इस्तेमाल ਕਰਨ ਦਾ ਮੁੱਦਾ ਸੰਯੁਕਤ ਰਾਸ਼ਟਰ ਦੇ ਵਿੱਚ ਉਠਾਇਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ 에ਅਰਬੇਸ ਤੇ ਹੋਏਤ ਮਾਕਿਆ ਦਾ ਕੰਮ ਕਮ ਚਾਂਟਜ ਏਜੰਸੀ NIA ਨੂੰ ਸੌਂਪਿਆ ਸੰਸਦਾਂ मानसून اجلاس 19 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਪੰਜਾਬ ਵਿੱਚ 10 ਜੁਲਾਈ ਤੱਕ ਕੋਵਿਡ ਪਾਬੰਦੀਆਂ ਵਧਾਈਆਂ ਗਈਆਂ ਹੁਨਰ ਵਿਕਾਸ ਕੇਂਦਰ ਤੇ ਯੂਨੀਵਰਸਿਟੀਆਂ ਵੈਕਸੀਨ ਦੀ ਇਕੁਰਾ ਦੀ ਸ਼ਰਤ ਦੇਣਾ ਖੋਲੰਦੀ ਇਜਾਜ਼ਤ ਆਮ ਆਦਮੀ ਪਾਰਟੀ ਦੇ ਰਾਜੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਉਂਦੀਆਂ ਚੌਣਾ ਤੋਂ ਬਾਅਦ ਸਰਕਾਰ ਬਣਨ ਤੇ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਂਦਾ ਕੀਤਾ ਐਲਾਨ ICC ਨੇ T20 ਵਿਸ਼ਵ ਕੱਪ ਟੂਰਨਾਮੈਂਟ ਸੰਯੁਕਤ ਅਰਬ ਅਮਾਰਾਤ ਅਤੇ ਉਮਾਨ ਦੇ ਵਿੱਚ ਕਰਾਉਂਦਾ ਐਲਾਨ ਕੀਤਾ ਹੁਣ ਖਬਰਾਂ ਵਿਸਥਾਰ ਨਾਲ ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀਕੇ ਪੋਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਕਾਸ ਮੋਡਰਨਾ ਕੋਵਿਡ ਵੈਕਸੀਨ ਨੂੰ ਦੇਸ਼ ਦੇ ਵਿੱਚ ਸੀਮਿਤ ਵਰਤੋਂ ਲਈ ਇਜਾਜ਼ਤ ਦਿੱਤੀ ਗਈ ਹੈ। ਮੀਡੀਆ ਬਰੀਫਿੰਗ ਦੌਰਾਨ ਡਾਕਟਰ ਪੋਲ ਨੇ ਕਿਹਾ ਕਿ ਮੋਡਰਨਾ ਤੋਂ ਐਸਡੀ ਪਾਰਟੀ ਇਕਾਈ ਸਿਪਲਾਰਾਹੀ ਪਰਵਾਨਗੀ ਦੇਣ ਦੀ ਅਰਜ਼ੀ ਪ੍ਰਾਪਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਪਰਵਾਨਗੀ ਤੋਂ ਬਾਅਦ ਮੇਲਪ ਵਿਵਕ ਦੇ ਵਿੱਚ ਇਸ ਟੀਕੇ ਦੀ ਦਰਾਮ ਦੇ ਲਈ ਸੰਭਾਵਨਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਰਵਾਨਗੀ ਦਿਨਾਂ ਦੇਸ਼ ਦੀ ਵੈਕਸੀਨ ਟੋਕਰੀ ਹੋਰ ਅਮੀਰ ਹੋ ਗਈ ਹੈ ਤੇ ਹੁਣ ਇਸ ਵਿੱਚ ਕੋਵਿਡ ਸ਼ੀਲਡ ਕੋਵੈਕਸ ਸਪੋਥਨਿਕ ਵੀ ਤੋਂ ਇਲਾਵਾ ਮੋਡਰਨ ਨਾ ਵੈਕਸੀਨ ਵੀ ਸ਼ਾਮਲ ਹੋ ਗਿਆ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਕੋਵਿਡ ਚੁਣੌਤੀ ਦਾ ਜਵਾਬ ਅੰਤਰਰਾਸ਼ਟਰੀ ਸਹਿਯੋਗ ਹੈ ਪਾਵੇਂ ਇਹ ਸਹਿਯੋਗ ਟੀਕਿਆਂ ਦਵਾਈਆਂ ਪੀਪੀਈ ਕਿੱਟਾਂ ਦਾ ਹੋਵੇ ਜਾਂ ਆਕਸੀਜਨ ਦਾ ਇਟਲੀ ਦੇ ਵਿੱਚ ਮਾਟੇਰਾ ਵਿਖੇ ਜੀ 20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਘਾਟ ਪਾਈ ਗਈ ਹੈ ਉਨ੍ਹਾਂ ਕਿਹਾ ਕਿ ਸੁਧਾਰਾਂ ਦੇ ਕਈ ਰੂਪ ਨੇ ਪਰ ਟੀਕਾ ਬਰਾਬਰੀ ਤੁਰੰਤ ਟੈਸਟ ਹੋਵੇਗਾ ਉਨ੍ਹਾਂ ਕਿਹਾ ਕਿ ਅਸਲ ਅਰਥਚਾਰੇ ਨੂੰ ਵਿਕੇਂਦ੍ਰਿਤ ਵਿਸ਼ਵੀਕਰਨ ਦੀ ਲੋੜ ਹੈ ਜਿਸ ਵਿੱਚ ਜੋ ਮੈਨੂਫੈਕਚਰਿੰਗ ਫੂਡ ਤੇ ਸਿਹਤ ਸ਼ਾਮਿਲ ਹੈ ਭਾਰਤ ਨੇ ਅਤਵਾਦੀ ਗਤੀਵਿਧੀਆਂ ਦੇ ਵਿੱਚ ਡਰੋਨ ਦਾ ਇਸਤੇਮਾਲ ਕਰਨ ਦਾ ਮੁੱਦਾ ਸੰਯੁਕਤ ਰਾਸ਼ਟਰ ਦੇ ਵਿੱਚ ਉਠਾਇਆ ਹੈ ਜੰਮੂ ਦੀ 에ਅਰ ਫੋਰਸ ਸਟੇਸ਼ਨ ਤੇ ਡਰੋਨ ਦੇ ਨਾਲ ਧਮਾਕੇ ਦੀ ਘਟਨਾ ਦੇ ਬਾਅਦ ਭਾਰਤ ਨੇ ਇਹ ਮੁੱਦਾ ਉਠਾਇਆ ਹੈ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਵੀ ਐਸ ਕੇ ਕੋਮੂਦੀ ਨੇ ਅਤਵਾਦ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੇ ਦੂਜੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਸੰमेलन ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਵਾਦ ਵਿਰੋਧੀ ਗਤੀਵਿਧੀਆਂ ਦੇ ਵਿੱਚ ਡਰੋਨ ਦਾ ਇਸਤੇਮਾਲ ਵਿਸ਼ਵ ਭਾਰ ਦੇ ਵਿੱਚ ਸੁਰੱਖਿਆ ਏਜੰਸੀਆਂ ਦੇ ਲਈ ਖਤਰਾ ਬਣ ਗਿਆ ਹੈ ਉਨ੍ਹਾਂ ਕਿਹਾ ਕਿ ਮੈਂਬਰ ਮਿਲਕਾਂ ਨੂੰ ਇਸ ਵੱਲ ਗੰਭੀਰ ਤੌਰ ਜੋ ਦੇਣੀ ਚਾਹੀਦੀ ਹੈ ਕੇਂਦਰੀ ਮੰਤਰਾਲੇ ਦੇ ਬੀਤੇ ਦਿਨੀ ਜੰਮੂ 에ਅਰ ਫੋਰਸ ਤੇ ਹੋਏ ਧਮਾਕਿਆਂ ਦੀ ਜਾਂਚ ਦਾ ਕੰਮ ਕੌਮੀ ਜਾਂਚ ਏਜੰਸੀ NIA ਨੂੰ ਸੌਂਪ ਦਿੱਤਾ ਹੈ NIA ਵੱਲੋਂ ਇਸ ਸੰਬੰਧੀ ਮੁੜ ਮਾਮਲਾ ਦਰਜ ਕਰਕੇ ਅਧਿਕਾਰਤ ਤੌਰ ਤੇ ਜਾਂਚ ਦਾ ਕੰਮ ਆਪਣੇ ਹੱਥ ਲਿਆ ਜਾਵੇਗਾ ਇਸ ਤੋਂ ਪਹਿਲਾਂ NSG ਅਤੇ NIA ਨੇ ਏਜੰਸੀਆਂ ਸਾਂਝੇ ਤੌਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਸਨ ਜੰਮੂ ਪੁਲਿਸ ਵੱਲੋਂ ਅਤਵਾਦੀ ਦੋਸ਼ਾਂ ਤਹਿਤ ਇਸ ਮਾਮਲੇ ਸੰਬੰਧੀ FIR ਦਰਜ ਕੀਤੀ ਗਈ ਸੀ SP ਰਾਕੇਸ਼ ਬਲ ਬਲਵਾਲ ਦੀ ਅਗਵਾਹੀ ਦੇ ਵਿੱਚ NIA ਦੀ ਇੱਕ ਟੀਮ ਜੰਮੂ 에ਅਰ ਬੇਸ ਦੇ ਤਕਨੀਕੀ ਖੇਤਰ ਦੇ ਵਿੱਚ ਪਹੁੰਚੀ ਸੀ ਅਤੇ ਉਸ ਵੱਲੋਂ ਆਪਣੇ ਦਿੱਲੀ ਸਥਿਤ ਹੈੱਡਕੁਆਰਟਰ ਨੂੰ ਸ਼ੁਰੂਆਤੀ ਰਿਪੋਰਟ ਭੇਜੀ ਗਈ ਸੀ ਜ਼ਿਕਰਯੋਗ ਹੈ ਕਿ ਬੀਤੇ ਐਤਵਾ ਤੜਕਸਾ ਜੰਮੂ 에ਅਰ ਬੇਸ ਦੇ ਤਕਨੀਕੀ ਖੇਤਰ ਦੇ ਵਿੱਚ ਦੋ ਬੰਬ ਧਮਾਕੇ ਹੋਏ ਸਨ ਜਿਨ੍ਹਾਂ ਦੇ ਵਿੱਚ 에ਅਰ ਫੋਰਸ ਦੇ ਦੋ ਮੁਲਾਜ਼ਮ ਮਾਮੂਲੀ ਤੌਰ ਤੇ ਜ਼ਖਮੀ ਹੋਏ ਸਨ ਇਨਾਤਮਾ ਕਿਆ ਕਾਰਨ ਹੋਰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਹੋਇਆ संसद का मानसून इजलास १९ जुलाई तो शुरू होने की संभावना है सूत्र अनुसार संसद का मानसून इजलास १९ जुलाई तो तेरह अगस्त तक चल सकता है जिक्रयोग है कि पार्लिमानी मामलों बारे कैबिनेट कमेटी ने १९ जुलाई तो तेरह अगस्त तक मानसून इजलास सदे जाग की दसिया जा रहा है कि इस मानसून इजलास दौरान भी बैठक हो ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਡੈਲਟਾ ਪਲੱਸ ਵੇਰੀਐਂਟ ਵਾਲੇ ਕੇਸਸ ਸਾਹਮਣੇ ਆਉਂਦੇ ਚਿੰਤਾ ਪ੍ਰਗਟ ਕਰਦਿਆਂ ਕੋਵਿਡ ਪਾਬੰਦੀਆਂ 10 ਜੁਲਾਈ ਤੱਕ ਵਧਾਉਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ 1 ਜੁਲਾਈ ਤੋਂ ਸੂਬੇ ਦੇ ਵਿੱਚ ਬਾਹਰ ਪੱਬ ਅਤੇ ਆਹਾਤੇ 50 ਫੀਸਦੀ ਸਮਰੱਥਾ ਦੇ ਨਾਲ ਖੋਲੇ ਜਾਣ ਦਾ ਵੀ ਐਲਾਨ ਕੀਤਾ ਚੰਡੀਗੜ੍ਹ ਦੇ ਵਿੱਚ ਉੱਚ ਪਦਰੀ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਹੁਨਰ ਵਿਕਾਸ ਕੇਂਦਰਾਂ ਤੇ ਯੂਨੀਵਰਸਿਟੀਆਂ ਨੂੰ ਖੋਲਣ ਦੇ ਵੀ ਹੁਕਮ ਚਾਰੀ ਕੀਤੇ ਗਏ ਬੇਸ਼ਰਤੀ ਵਿਦਿਆਰਥੀਆਂ ਅਤੇ ਸਟਾਫ ਨੇ ਕਟੋਕਾਰਡ ਕਰੋਨਾ ਟੀਕੇ ਦੀ ਇੱਕ ਖੁਰਾਕ ਲਈ ਹੋਵੇ ਪ ਜੋ ਆਇਲਟਸ ਕੋਚਿੰਗ ਸੰਸਥਾਵਾਂ ਨੂੰ ਖੋਲਣ ਦੇ ਪਹਿਲੋਂ ਹੀ ਹੁਕਮਚਾਰੀ ਕੀਤੀ ਗਈ ਹੈ ਇਸਾਂ ਵਿੱਚ ਵੀ ਵਿਦਿਆਰਥੀਆਂ ਅਤੇ ਸਟਾਫ ਦੇ ਲਈ ਕਟੋਕਾਟਿਕ ਟੀਕਾ ਲੱਗਣ ਦੀ ਸ਼ਰਤ ਰੱਖੀ ਗਈ ਹੈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਨਾਥਾਵਾਂ ਤੇ ਕੋਵਿਡ ਪ੍ਰੋਟੋਕੋਲ ਅਤੇ ਸ਼ਰਤਾਂ ਦੀ ਪਾਲਣਾ ਕੀਤੀ ਜਾਵੇ ਮੁੱਖ ਮੰਤਰੀ ਨੇ ਪਟਿਆਲਾ ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਾਲ ਵੀ ਕਿ ਸਥਾਪਿਤ ਕੀਤੇ ਜਾਣ ਵਾਲੀ ਜੀਨੋਮ ਸਿੱਖਿਆ ਸਿਖਿਆ ਲੈਬ ਦੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਤੇ ਵੀ ਨਿਰਦੇਸ਼ ਦਿੱਤੀ ਤਾਂ ਜੋ ਇਸ ਨੂੰ ਜੁਲਾਈ ਦੇ ਵਿੱਚ ਚਾਲੂ ਕੀਤਾ ਜਾ ਸਕੇ ਸੰਭਾਵੀ ਤੀਜੀ ਕਰੋਨਾ ਲਹਿਰ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਿੱਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਟੈਸਟਿੰਗ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਮੁੱਖ ਮੰਤਰੀ ਨੇ ਕਰੋਨਾ ਮੁਕਤ ਪਿੰਡੂ ਅਭਿਆਨ ਨੂੰ ਜ਼ੋਰ ਸ਼ੋਰ ਦੇ ਨਾਲ ਜਾਰੀ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋਂ ਹੋਰ ਵੈਕਸੀਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਅਗਲੇ 2 ਮਹੀਨਿਆਂ 'ਚ 18 ਤੋਂ 45 ਸਾਲ ਉਮਰ ਵਰਗ ਦੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਸ਼ੀਲ ਵੈਕਸੀਨ ਦਾ ਪੰਡਾਰ ਖਤਮ ਹੋ ਗਿਆ ਹੈ ਤੇ ਕੋਵੈਕਸੀਨ ਦੀਆਂ 110821 ਖੁਰਾਕਾਂ ਸਟਾਕ ਦੇ ਵਿੱਚ ਰਹਿ ਗਈਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਯੋਗ ਵਿਅਕਤੀਆਂ ਦਾ ਅਗਲੇ 2 ਮਹੀਨਿਆਂ ਦੇ ਵਿੱਚ ਟੀਕਾਕਰਨ ਕਰਨ ਦਾ ਟੀਚਾ ਮਿਥਾਇਆ ਹੈ। ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਸਾਰੀ ਆਬਾਦੀ ਨੂੰ ਕੋਵਿਡ ਵੈਕਸੀਨ ਲਗਾਉਣਾ ਹੈ ਪਰ ਪਹਿਲਾ ਤਰਜੀਹੀ ਸਮੂਹਾਂ ਨੂੰ ਟੀਕੇ ਲਗਾਉਣੇ ਚਾਹੀਦੇ ਨੇ ਉਨ੍ਹਾਂ ਕਿਹਾ ਕਿ ਸਮੀਂ ਪੰਜਾਬ ਦੀ 4.8% ਯੋਗਵਾਦੀ ਦਾ ਟੀਕਾਕਰਨ ਹੋ ਚੁੱਕਾ ਹੈ ਤੇ ਮੋਹਾਲੀ ਪਹਿਲੀ ਤੇ ਦੂਵੀਂ ਖੁਰਾਕਾਂ ਲੈਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਮੁਖਸਰ ਜ਼ਿਲ੍ਹੇ ਦੇ ਪਿੰਡ ਪੱਕੀ ਟੀਬੀ ਅਤੇ ਚਾਕੂਦਮ ਸਿੰਘ ਨੇ ਸੋਫੀਸ টিকাਕਰਨ ਦਾ ਟੀਕਾ ਹਾਸਲ ਕੀਤਾ ਹੈ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਨੇ ਪੱਕੀ ਟੀਬੀ ਪਿੰਡ ਦੀਆਂ ਦੋਵੇਂ ਪੰਚਾਇਤਾਂ ਦੇ ਸਰਪੰਚ ਵੀਨਾ ਰਾਣੀ ਅਤੇ ਸਰਪੰਚ ਮੁਖਤਿਆਰ ਘਰ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੂੰ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਉਨ੍ਹਾਂ ਕਿਹਾ ਕਿ ਡਾਕਟਰ ਜਗਦੀਪ ਚਾਵਲਾ ਅਤੇ ਡਾਕਟਰ ਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ ਸਿਹਤ ਵਿਭਾਗ ਦੀ ਟੀਮ ਨੇ ਇਹ ਟੀਕਾ ਹਾਸਲ ਕਰਨ ਦੇ ਵਿੱਚ ਸਫਲਤਾ ਪਾਈ ਉਨ੍ਹਾਂ ਇਸ ਕੰਮ ਦੇ ਲਈ ਹੋਰ ਸਿਹਤ ਕਾਮਯਾਬੀ ਦੀ ਕੀਤੀ ਜਿਲ੍ਹਾ ਮੁਕਸੇਰ ਸਾਹਿਬ ਵਿੱਚ ਮਲੋਟ ਕੰਸਟਿਟਿਊਐਂਸੀ ਲਈ ਮਾਨਯੋਗ ਡੈਪਟੀ ਸਪੀਕਰ ਵੱਲੋਂ 5 ਲੱਖ ਦਾ ਗ੍ਰਾਂਟ ਅਨਾਉਂਸ ਕੀਤਾ ਹੈ ਕਿਸ ਪਿੰਡ ਨੇ ਆਰ ਸ਼ਹਿਰ ਏਰੀਆ ਵਿੱਚ ਵਾਰਡ ਨੇ 100% ਟਿਚਾ ਕੰਪਲੀਟ ਕਰ ਲਿਆ ਅਗਲੇ 1 ਹਫਤੇ ਵਿੱਚ ਉਹਨਾਂ ਨੂੰ 5 ਲੱਖ ਡਿਸਕ੍ਰੈਸ਼ਨਰੀ ਗ੍ਰਾਂਟ ਤੋਂ ਜਾਰੀ ਕਰਨਗੇ ਇਸ ਕਰਕੇ ਮੇਰਾ ਬੇਨਤੀ ਹੈ ਸਾਰੇ ಗ್ರಾಮ ਪੰਚਾਇਤ ਨੂੰ ਵਾਰਡ ਨੂੰ ਸਾਰੇ ਇਸ ਦਾ ਫਾਇਦਾ ਉਠਾਉਣ ਲਈ ਜਲਦੀ ਤੋਂ ਜਲਦੀ ਵੈਕਸੀਨੇਟ ਕਰਨ ਪਿੰਡ ਦੀ ਲੋਕਾਂ ਤੇ ਕਮਿਊਨਿਟੀ ਹੈਲਥ ਅਫਸਰ ਤੇ ਆਸ਼ਾ ਵਰਕਰ ਨੇ ਦੱਸਿਆ ਕਿ ਕਿਵੇਂ ਉਹਨਾਂ ਲੋਕਾਂ ਨੂੰ ਵੈਕਸੀਨ ਦੇ ਨਾਂ ਤੇ ਭਰਮ ਪੁਲੇਖਿਆਂ ਚੋਂ ਬਾਹਰ ਕੱਢਣ ਦੇ ਵਿੱਚ ਸਫਲਤਾ ਹਾਸਲ ਕੀਤੀ ਅਤੇ ਲੋਕਾਂ ਨੂੰ ਟੀਕਾ ਕਰਨ ਲਈ ਪ੍ਰੇਰਿਤ ਕੀਤਾ ਟੀਕਾ ਕਰਨ ਦੀ ਮੁਹਿੰਮ ਸਟਾਰਟ ਕੀਤੀ ਸੀ ਕਰੋਨਾ ਦੇ ਅਗੇਂਸਟ ਉਹ ਅਸੀਂ ਕੰਪਲੀਟਲੀ ਪੂਰੀ ਕਰ ਚੁੱਕੇ ਹਾਂ ਜਿਸ ਵਿੱਚ ਕੀ ਪਿੰਡ ਦੀ ਟੋਟਲ ਪੋਪੂਲੇਸ਼ਨ 2670 ਸੀ ਜਿਸ ਵਿੱਚ 18 ਤੋਂ ਪਲੱਸ ਵਾਲੇ 890 45 ਪਲੱਸ 748 ਸਨ ਜਿਨ੍ਹਾਂ ਵਿੱਚੋਂ ਕੀ ਕੁਝ ਕੁ ਪ੍ਰੈਗਨੈਂਟ ਲੇਡੀਜ਼ ਸੀ ਤੇ ਲੈਕਟੇਟਿੰਗ ਮੂਮੈਂਟ ਸੀ ਉਹਨਾਂ ਨੂੰ ਅਸੀਂ ਏਕਸਕਲੂਡ ਕਰਕੇ ਕੰਪਲੀਟਲੀ ਪਿੰਡ ਨੂੰ ਵੈਕਸੀਨੇਟਡ ਕਰ ਦਿੱਤਾ ਸਾਰੇ ਬਹੁਤ ਖੁਸ਼ ਆ ਕਿ ਸਾਡਾ ਪਿੰਡ ਪੂਰਾ ਵੈਕਸੀਨੇਟਡ ਹੋ ਚੁੱਕਿਆ ਹੈ ਤੇ ਸਾਡਾ ਪਿੰਡ ਕਰੋਨਾ ਤੋਂ ਮੁਕਤ ਹੈ ਸਾਡੇ ਪਿੰਡ ਵਿੱਚ ਕੋਈ ਵੀ ਕਰੋਨਾ ਦਾ ਪੋਜ਼ਿਟਿਵ ਮਰੀਜ਼ ਨਹੀਂ ਹੈ ਇਸ ਟਾਈਮ कोरोना दी ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਸੰਕਟ ਸਮੇਂ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਅਗਾਊ ਪ੍ਰਬੰਧ ਕੀਤੇ ਜਾ ਰਹੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਫਰੀਂਦਰ ਕੁਮਾਰ ਸ਼ਰਮਾ ਨੇ ਲੁਧਿਆਣੇ ਦੀਆਂ 24 ਨਿੱਜੀ ਸਿਹਤ ਸੰਸਥਾਵਾਂ ਸਮੇਤ 25 ਹਸਪਤਾਲਾਂ ਨੂੰ ਜਲਦ ਆਪਣੇ ਪੀਐਸਏ ਪਲਾਂਟ ਸਥਾਪਿਤ ਕਰਨ ਦੇ ਲਈ ਕਿਹਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 25 ਮੈਡੀਕਲ ਸੁਪਰੀਡੈਂਟਾਂ ਨੂੰ ਇਸ ਸੰਬੰਧੀ ਪੱਤਰ ਲਿਖੇ ਗਏ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋੜ ਪੈਣ ਤੇ ਹਸਪਤਾਲਾਂ ਨੂੰ ਹਰ ਸੰਭਵ ਸਹਿਯੋਗ ਦੇਣ ਦੇ ਲਈ ਵਚਨਬੱਧ ਹੈ ਤੇ ਜਿਹੜੇ ਰਹੇਗੀ ਇਹ ਕੋਵਿਡ ਦੀ ਸੰਭਾਵਨਾ ਉਸ ਨੂੰ ਰੋਕਣ ਦੇ ਲਈ ਜਿੱਥੇ ਅਸੀਂ ਟੀਕਾਕਰਨ ਤੇ ਪੂਰਾ ਜ਼ੋਰ ਦਿੱਤਾ ਹੋਇਆ ਉੱਥੇ ਹੀ ਲੁਧਿਆਣੇ ਦੇ ਹਸਪਤਾਲਾਂ ਦੇ ਵਿੱਚ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਵੇਂ ਪਿਛਲੀ ਵਾਰ ਆਕਸੀਜਨ ਦੀ ਮਾਰੂ-ਮਾਰ ਰਹੀ ਹੈ ਉਸ ਤਰ੍ਹਾਂ ਦਾ ਕੋਈ ਸੀਨ ਆਵੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਚਾਰ ਜਿਹੜੇ ਪੀਐਸਈ ਆਕਸੀਜਨ ਪਲਾਂਟਸ ਨੇ ਗਵਰਨਮੈਂਟ ਸੈਕਟਰ 'ਚ ਪਹਿਲਾਂ ਹੀ ਲੱਗ ਰਹੇ ਨੇ ਸਿਵਲ ਹਸਪੀਟਲ 'ਚ 1000 ਐਲਪੀਐਮ ਦਾ ਪਹਿਲਾ ਲੱਗਿਆ ਸੀ ਪਲਾਂਟ 1000 ਐਲਪੀਐਮ ਦਾ 4 ایس فی ਲਈ انسٹال ਹੋ ਰਿਹਾ ਹੈ ای ایس ای ਹਸਪਤਾਲੇ ਜਿਹੜਾ ਸਾਡਾ 4000 ਐਲ ਪੀ ਐਮ ਦਾ ਐਲ ਪੀ ਐਮ ਦਾ ਪਾਵ ਹੈ ਲੇਟਸ ਪਰਮਨੈਂਟ ਦਾ ਆਕਸੀਜਨ ਪਲੈਂਟ ਲਗਾਇਆ ਜਾ ਰਿਹਾ ਹੈ ਵਰਦਮਾਨ ਹਸਪਤਲ ਦੇ ਵਿੱਚ 500 ਲੀਟਰਸ ਪਰਮਨੈਂਟ ਦਾ ਇੱਕ ਪਲੈਂਟ ਲਗਾਇਆ ਜਾ ਰਿਹਾ ਹੈ ਰਾਏਪੁਰ ਸਿਵਲ ਹਸਪਤਾਲ ਦੇ ਵਿੱਚ 250 ਲੀਟਰਸ ਪਰਮਨੈਂਟ ਜਿਹੜਾ ਹੈਗਾ ਉਹਦਾ ਪਲੈਂਟ ਲਗਾਇਆ ਜਾ ਰਿਹਾ ਹੈ ਖੰਨੇ ਦੇ ਲਈ ਵੀ ਅਸੀਂ ਪਲੈਂਟ ਦੀ ਮੰਗ ਕੀਤੀ ਹੈ ਫੌਰਾ ਸਾਹਿਬ ਗੁਰਦੁਆਰਾ ਦੇ ਲਈ ਇਹ ਤਾਂ ਹੋਊਗੀ ਸਰਕਾਰੀ ਗਿੱਥ ਦੀ ਗੱਲ ਲੁਧਿਆਣਾ ਦਾ ਦੀਪਕ ਹਸਪਤਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਪਹਿਲਾਂ ਹੀ 50 ਲੱਖ ਰੁਪਏ ਦੀ ਲਾਗਤ ਵਾਲੇ ਆਕਸੀਜਨ ਪਲਾਂਟ ਚੇਤੀ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ ਹਸਪਤਾਲ ਮੈਨੇਜਮੈਂਟ ਦੇ ਪ੍ਰਬੰਧਕੀ ਅਧਿਕਾਰੀ ਅਸ਼ੀਸ਼ ਸਾਹਨੀ ਨੇ ਦੱਸਿਆ ਕਿ ਇਸ ਪਲਾਂਟ ਦੀ ਸਮਰੱਥਾ 100 ਲ ਐਲ ਐਮ ਪੀ ਹੋਵੇਗੀ ਕੋਵਿਡ ਦੀ ਸੈਕੰਡ ਵੇਵ ਜਿਸ ਤਰ੍ਹਾਂ ਲਾਸਟ ਟਾਈਮ ਆਈ ਕਾਫੀ ਖਤਰਨਾਕ ਆਈ ਆਪਣੇ ਮੁਲਕ ਨੂੰ ਆਪਣੇ ਸਾਰੇ ਕੌਮ ਨੂੰ ਸਭ ਨੂੰ ਬਹੁਤ ਨੁਕਸਾਨ ਆ ਉਸ ਦਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਅੱਜ ਤੋਂ ਡੇਢ ਮਹੀਨਾ ਪਹਿਲੇ ਹੀ ਇਸ ਪਲਾਂਟ ਦਾ ਆਰਡਰ ਕਰਤਾ ਸੀਗਾ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਲਾਸਟ ਵੇਕ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ ਬਹੁਤ ਕੋਆਪਰੇਸ਼ਨ ਦਿੱਤੀ ਸਾਨੂੰ ਸਿਰਫ ਉਹਨਾਂ ਦੇ ਸਾਥ ਦੀ ਵਜ੍ਹਾ ਨਾਲ ਇੱਕ ਸਾਡੇ ਡੀਸੀ ਸਾਹਿਬ ਦੀ ਏਬਲ ਗਾਈਡੈਂਸ ਦੀ ਵਜ੍ਹਾ ਨਾਲ ਸਾਨੂੰ ਕਦੇ ਆਕਸੀਜਨ ਦੀ ਕਮੀ ਨਹੀਂ ਆਈ ਬਹੁਤ ਬਹੁਤ ਪੇ ਸਾਡੇ ਕੋਲ 50 50 ਪੇਸ਼ੈਂਟ ਵੀ ਰਿਹਾ ਸਾਡੀ 70 70 ਸਿਲੰਡਰ ਦੀ ਡੇਲੀ ਕੰਜ਼ਮਪਸ਼ਨ ਰਹੀ ਹੈ ਲੇਕਿਨ ਸਾਨੂੰ ਸਰਕਾਰ ਵੱਲੋਂ ਨਾ ਸਹਿਯੋਗ ਰਿਹਾ ਉਸ ਟਾਈਮ ਦੇ ਵਿੱਚ ਸਾਨੂੰ ਆਰਾਮ ਨਾਲ ਮਿਲਦੀ ਰਹੀ ਆਕਸੀਜਨ ਸਬੂਤ ਅਧਾਰਿਤ ਅਤੇ ਸਰਗਨ ਪੁਲਿਸਿੰਗ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਬੀਐਸਐਫ ਨੂੰ ਪੰਜਾਬ ਦੀਆਂ ਸਰਹੱਦਾਂ ਅਤੇ ਡਰੋਨਾਂ ਦੀਆਂ ਗਤੀਵਿਧੀਆਂ ਦਾ ਮੁਕਾਬਲਾ ਕਰਨ ਦੇ ਲਈ ਪੂਰੇ ਸਮਰਥਨ ਦਾ ਪ੍ਰੋਸਾ ਦਿੱਤਾ ਹੈ ਡੀਜੀਪੀ ਨੇ ਗੁਰਦਾਸਪੁਰ ਵਿਖੇ ਬੀਐਸਐਫ ਅਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ ਐਂਡ ਡੋ ਕੇ ਆਈਜੀ ਬਾਰਡਰ ਰੇਂਜ ਦੇ ਐਸਪੀ ਐਸ ਪਰਮਾਰ ਅਤੇ ਡੀਆਈਜੀਬੀ ਐਸਐਫ ਪ੍ਰਬਕਰ ਜੋਸ਼ੀ ਸਮੇਤ ਸੀਮਾ ਸੁਰੱਖਿਆ ਬਲ ਦੇ ਆਟ ਕਮਾਂਡੈਂਟ ਸ੍ਰੀ ਸ਼ਾਮਲਸਨ ਬੀਐਸਐਫ ਅਤੇ ਪੰਜਾਬ ਪੁਲਿਸ ਦਰਮਿਆਨ ਹੋਰ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਕਲ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਉਹਨਾਂ ਬੀਐਸਐਫ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਸੈਕਟਰ ਵਾਈਜ਼ ਪੰਜਾਬ ਪੁਲਿਸ ਦੇ ਨਾਲ ਸਾਂਝਾ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਇਹਨਾਂ ਤੇ ਤਿੱਖੀ ਨਜ਼ਰ ਰੱਖੀ ਜਾ ਸਕੇ ਡੀਜੀਪੀ ਨੇ ਗੁਰਦਾਸਪੁਰ ਬਟਾਲਾ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਰਹੱਦੀ ਪਿੰਡਾਂ ਦੀ ਸੂਚੀ ਬਣਾਈ ਜਾਵੇ ਅਤੇ ਹਰ ਪਿੰਡ ਵਿੱਚ ਪੁਲਿਸ, ਜਨਤਾ ਅਤੇ ਗੈਰ ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਇੱਕ ਮਜ਼ਬੂਤ ਖੂਫੀਆ ਨੈੱਟਵਰਕ ਵਿਕਸਿਤ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਮਿਲੇਗੀ 300 ਯੂਨਿਟ ਤੋਂ ਬਾਅਦ ਬਿਜਲੀ ਦੀ ਖਪਤ ਕਰਨ ਤੇ ਬਿਜਲੀ ਬਿੱਲ ਵਸੂਲ ਕੀਤਾ ਜਾਵੇਗਾ ਉਹ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਨ ਤੇ ਬਿਜਲੀ ਸਮਝੌਤੇ ਬਾਰੇ 2 ਦਿਨਾਂ ਦੇ ਵਿੱਚ ਫੈਸਲਾ ਕਰਨ 24 ਘੰਟੇ ਬਿਜਲੀ ਦੇਕਰੇ ਲੂ ਬਿਜਲੀ ਦੇ ਸਾਰੇ ਪੁਰਾਣੇ ਬਿੱਲ ਮਾਫ ਕਰਨ ਦਾ ਵੀ ਐਲਾਨ ਕੀਤਾ ਉਹਨਾਂ ਕਹਿੰ ਸੋ ਯੂਨਿਟ ਬਿਜਲੀ ਬੁਫਤ ਮਿਲਣ ਦੇ ਨਾਲ 80% ਦੀ ਲੋਕਾਂ ਦਾ ਬਿੱਲ ਜ਼ੀਰੋ ਹੋ ਜਾਵੇਗਾ T20 ਵਿਸ਼ਵ ਕੱਪ 2021 ਹੁਣ 17 ਅਕਤੂਬਰ ਤੋਂ 14 ਨਵੰਬਰ ਤੱਕ ਸੰਯੁਕਤ ਅਰਬ ਅਮਾਰਾਤ ਅਤੇ ਉਮਾਨ ਦੇ ਵਿੱਚ ਖੇਡਿਆ ਜਾਵੇਗਾ। ਕਮਾਂਤਰੀ ਕ੍ਰਿਕਟ ਕੌਂਸਲ ICC ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ। ਪਹਿਲਾਂ ਇਹ ਟੂਰਨਾਮੈਂਟ ਭਾਰਤ ਦੇ ਵਿੱਚ ਕਰਵਾਇਆ ਜਾਣਾ ਸੀ ਪਰਦੇਸ਼ ਦੇ ਵਿੱਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਟੂਰਨਾਮੈਂਟ ਦੀ ਥਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਦੇ ਬਾਵਜੂਦ ਟੂਰਨਾਮੈਂਟ ਦਾ ਮੇਜ਼ਬਾਨ ਪਾਰਟੀ ਕ੍ਰਿਕਟ ਕੰਟਰੋਲ ਬੋਰਡ ਹੀ ਰਹੇਗਾ। ICC ਦੇ ਕਾਰਜਕਾਰੀ CEO ਜ਼ੈਫ ਐਲਾਰਡਸ ਨੇ ਕਿਹਾ ਹੈ ਕਿ ਉਹ ਮਰਦਾਂ ਦੇ ICC T20 ਵਿਸ਼ਵ ਕੱਪ ਦਾ ਟੂਰਨਾਮੈਂਟ ਸੁਰੱਖਿਆ ਅਤੇ ਪੂਨ ਤਰਤੇ ਕਰਵਾਇਚਾ ਨੂੰ ਤਰਜੀਹ ਦਿੰਦੇ ਨੇ ਉਨ੍ਹਾਂ ਕਿਹਾ ਕਿ ICC BCCI ਦੇ ਨਾਲ ਨੇੜੋਂ ਤਾਲਮੇਲ ਦੇ ਨਾਲ ਕੰਮ ਕਰੇਗੀ ਉਨ੍ਹਾਂ ਅੱਗੇ ਦੱਸਿਆ ਹੈ ਕਿ ਹੁਣ ਇਹ ਟੂਰਨਾਮੈਂਟ ਦੁਬਈ ਇੰਟਰਨੈਸ਼ਨਲ ਸਟੇਡੀਅਮ ਸ਼ੇਖ ਜ਼ਾ ਸਟੇਡੀਅਮ ਅਬੂ ਧABI शाहजा स्टेडियम ਅਤੇ 우ਮਾਨ ক্রিকেট ਅਕੈਡਮੀ ਗਰਾਊਂਡ ਸਮੀਤ ਚਾਰ ਵਕਤ ਵਕਥਾਂ ਮਤੇ ਕਰਵਾਇਆ ਜਾਵੇਗਾ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੂਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਰਦੰਦਾ ਆਈਸੀਸੀ T20 ਵਿਸ਼ਵ ਕੱਪ ਟੂਰਨਾਮੈਂਟ ਸੰਯੁਕਤ ਅਰਬ ਅਮਾਰਾਤ ਅਤੇ 우ਮਾਨ ਦੇ ਵਿੱਚ ਕਰਵਾਉਣ ਦੇ ਲਈ ਤਿਆਰ ਹੈ ਕਬਰਾਂ ਦੇ ਬੁਲਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਬੁਲਟਿਨ RNU ਜਲੰਧਰ ਦੇ Twitter ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ